ਸਤਿ ਸ਼੍ਰੀ ਅਕਾਲ ਦੋਸਤੋ। ਸੋਸ਼ਲ ਮੀਡੀਆ 'ਤੇ ਹਰ ਸਮੇਂ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਇਹਨਾਂ ਵਾਇਰਲ ਵੀਡੀਓ ਦੇ ਨਾਲ ਜਿੱਥੇ ਕੁਝ ਲੋਕਾਂ ਦੀ ਬੇਇੱਜ਼ਤੀ ਹੁੰਦੀ ਹੈ, ਕਈ ਸੱਚ ਸਾਹਮਣੇ ਆਉਂਦੇ ਨੇ, ਉੱਥੇ ਕੁਝ ਵੀਡੀਓਜ਼ ਅਜਿਹੀਆਂ ਵੀ ਹੁੰਦੀਆਂ ਨੇ ਜਿਨ੍ਹਾਂ ਦੇ ਵਾਇਰਲ ਹੋਣ ਦੇ ਨਾਲ ਕਈ ਗਰੀਬ ਦੀ ਜ਼ਿੰਦਗੀ ਵੀ ਬਣ ਜਾਂਦੀ ਹੈ। ਕੁਝ ਸਾਲ ਪਹਿਲਾਂ ਅਜਿਹੀ ਇੱਕ ਵੀਡੀਓ ਵਾਇਰਲ ਹੋਈ ਇੱਕ ਬੱਚੇ ਦੀ, ਜਿਸ ਦਾ ਨਾਮ ਬਾਅਦ ਦੇ ਵਿੱਚ ਰੱਖਿਆ ਗਿਆ ਧਮਕਵੇਸ। ਇਸ ਮੁੱਖ ਮੰਤਰੀ ਦੇ ਨਾਂ ਦੇ ਨਾਲ ਮਸ਼ਹੂਰ ਹੋਏ ਬੱਚੇ ਨੂੰ ਇੱਕ ਮਿਊਜ਼ਿਕ ਕੰਪਨੀ 62 ਵੈਸਟ ਸਟੂਡੀਓ ਨੇ ਬਾਉਂਡ ਕੀਤਾ ਅਤੇ ਵਾਅਦਾ ਕੀਤਾ ਕਿ ਉਸਦਾ ਘਰ ਵੀ ਬਣਾ ਕੇ ਦੇਣਗੇ, ਸਾਰੀ ਜ਼ਿੰਦਗੀ ਉਸਦਾ ਸਾਥ ਦੇਣਗੇ ਅਤੇ ਨਾਲ ਹੀ ਉਸਨੂੰ ਇੱਕ ਚੰਗੀ ਸਿੱਖਿਆ ਪ੍ਰੋਵਾਈਡ ਕਰਨਗੇ ਅਤੇ ਕਦੇ ਵੀ ਉਸਦਾ ਸਾਥ ਨਹੀਂ ਛੱਡਣਗੇ। ਕਿਉਂਕਿ ਜਦੋਂ ਮੁੱਖ ਮੰਤਰੀ ਨੂੰ ਇਸ ਕੰਪਨੀ ਵੱਲੋਂ ਬਾਉਂਡ ਕੀਤਾ ਗਿਆ ਸੀ ਤਾਂ ਇੱਕ ਵੱਡਾ ਵਿਵਾਦ ਪੈਦਾ ਹੋ ਗਿਆ ਸੀ। ਲੋਕਾਂ ਦਾ ਕਹਿਣਾ ਸੀ ਕਿ ਇਹ ਕੰਪਨੀ ਇਸ ਬੱਚੇ ਦਾ ਫਾਇਦਾ ਚੁੱਕੇਗੀ ਅਤੇ ਬਾਅਦ ਦੇ ਵਿੱਚ ਜਦੋਂ ਇਸ ਤੋਂ ਫਾਇਦਾ ਮਿਲਣਾ ਬੰਦ ਹੋ ਜਾਵੇਗਾ ਇਸ ਨੂੰ ਛੱਡ ਦੇਵੇਗੀ। ਪਰ ਉਸ ਵੇਲੇ ਇਸ ਕੰਪਨੀ ਦੇ ਮਾਲਕਾਂ ਨੇ ਸਾਹਮਣੇ ਆ ਕੇ ਵਾਅਦਾ ਕੀਤਾ ਸੀ ਉਹ ਧਮਕਵੇਸ ਵਾਲੇ ਮੁੱਖ ਮੰਤਰੀ ਯਾਨੀ ਕਿ ਧਰਮਪ੍ਰੀਤ ਸਿੰਘ ਨੂੰ ਹਮੇਸ਼ਾ ਆਪਣੇ ਨਾਲ ਰੱਖਣਗੇ। ਪਰ ਦੋਸਤੋ, ਹੁਣ ਕੁਝ ਅਜਿਹਾ ਹੋਇਆ ਜਿਸ ਨੂੰ ਹਰ ਇੱਕ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਹੈ, ਕਿਉਂਕਿ ਧਮਕਵੇਸ ਵਾਲੇ ਮੁੱਖ ਮੰਤਰੀ ਦੀ ਇੱਕ ਨਿੱਜੀ ਚੈਨਲ ਵੱਲੋਂ ਜਿੱਥੇ ਇੰਟਰਵਿਊ ਕੀਤੀ ਗਈ ਤਾਂ ਖੁਲਾਸੇ ਸਾਹਮਣੇ ਆਏ ਕਿ ਉਹਨਾਂ ਕੰਪਨੀ ਵਾਲਿਆਂ ਨੇ ਹੁਣ ਮੁੱਖ ਮੰਤਰੀ ਧਮਕਵੇਸ ਦਾ ਸਾਥ ਛੱਡ ਦਿੱਤਾ ਹੈ ਅਤੇ ਉਹ ਆਪਣੇ ਪਿੰਡ ਹੁਣ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਕਰਨ ਦੇ ਲਈ ਮਜਬੂਰ ਹੋ ਗਿਆ ਹੈ। ਅਤੇ ਮੁੱਖ ਮੰਤਰੀ ਨੇ ਗੱਲਬਾਤ ਦੇ ਦੌਰਾਨ ਇਹ ਵੀ ਦੱਸਿਆ ਕਿ ਉਸ ਦਾ ਘਰ ਬਣਾਉਣ ਦਾ ਜੋ ਵਾਅਦਾ ਕੰਪਨੀ ਵੱਲੋਂ ਕੀਤਾ ਗਿਆ ਸੀ ਉਹ ਵੀ ਨੇਪਰੇ ਨਹੀਂ ਚਾੜਿਆ ਗਿਆ, ਕਿਉਂਕਿ ਉਸ ਵੇਲੇ ਖਬਰਾਂ ਆਈਆਂ ਸਨ ਕਿ ਮੁੱਖ ਮੰਤਰੀ ਦੇ ਘਰ 'ਤੇ 35 ਤੋਂ 70 ਲੱਖ ਰੁਪਇਆ ਲਗਾ ਕੇ ਇੱਕ ਵਧੀਆ ਆਲੀਸ਼ਾਨ ਘਰ ਬਣਾ ਕੇ ਦਿੱਤਾ ਜਾਵੇਗਾ। ਪਰ ਮੁੱਖ ਮੰਤਰੀ ਧਮਕਵੇਸ ਧਰਮਪ੍ਰੀਤ ਦਾ ਕਹਿਣਾ ਹੈ ਕਿ ਉਸਦੇ ਘਰ ਵਿੱਚ ਟੂਟੀਆਂ ਤੱਕ ਵੀ ਨਹੀਂ ਲਗਵਾਈਆਂ ਗਈਆਂ ਅਤੇ ਉਸਦਾ ਕਹਿਣਾ ਕਿ ਕੰਪਨੀ ਵਾਲਿਆਂ ਨੇ ਉਸ ਨੂੰ ਇਹ ਲਾਰਾ ਲਗਾ ਕੇ ਆਪਣੇ ਘਰ ਤੋਂ, ਜਿੱਥੇ ਕਿ ਉਹ ਕੰਪਨੀ ਵਾਲਿਆਂ ਦੇ ਮਾਲਕਾਂ ਦੇ ਘਰ ਰਹਿ ਰਿਹਾ ਸੀ, ਵਾਪਸ ਭੇਜ ਦਿੱਤਾ ਕਿ ਤੂੰ 2-3 ਮਹੀਨੇ ਆਪਣੇ ਘਰ ਲਗਾ ਆ, ਤੈਨੂੰ ਫਿਰ ਵਾਪਸ ਲੈ ਆਵਾਂਗੇ। ਪਰ ਹੁਣ ਉਸਦਾ ਕਹਿਣਾ ਕਿ 4-5 ਮਹੀਨੇ ਤੋਂ ਉੱਪਰ ਦਾ ਸਮਾਂ ਗੁਜ਼ਰ ਚੁੱਕਿਆ ਹੈ ਅਤੇ ਜੇਕਰ ਉਹ ਕੰਪਨੀ ਵਾਲਿਆਂ ਨੂੰ ਫੋਨ ਕਰਦਾ ਤਾਂ ਅੱਗਿਓਂ ਕੰਪਨੀ ਵਾਲੇ ਫੋਨ ਵੀ ਨਹੀਂ ਚੁੱਕਦੇ। ਆਓ ਦੋਸਤੋ, ਪਹਿਲਾਂ ਤੁਹਾਡੇ ਨਾਲ ਕੁਝ ਮੁੱਖ ਮੰਤਰੀ ਧਮਕਵੇਸ ਦੀਆਂ ਅਜਿਹੀਆਂ ਵੀਡੀਓਜ਼ ਰੱਖਦੇ ਹਾਂ ਜਿੱਥੋਂ ਉਹ ਚਰਚਾ ਦੇ ਵਿੱਚ ਆਇਆ ਸੀ, ਕਿਉਂਕਿ ਸ਼ਾਇਦ ਕਾਫੀ ਦੋਸਤ ਨਾ ਜਾਣਦੇ ਹੋਣ, ਕਿਉਂਕਿ 2-3 ਸਾਲ ਪਹਿਲਾਂ ਦੀ ਗੱਲ ਹੈ। ਇਸ ਤੋਂ ਬਾਅਦ ਧਮਕਵੇਸ ਵਾਲੇ ਮੁੱਖ ਮੰਤਰੀ ਦੇ ਉਸ ਕੰਪਨੀ ਵੱਲੋਂ ਕਾਫੀ ਸਿੰਗਰਾਂ ਦੇ ਨਾਲ ਗਾਣੇ ਵੀ ਕਢਵਾਏ ਗਏ। ਆਮ ਤੌਰ 'ਤੇ ਤੁਸੀਂ ਸੋਨੀ ਮਾਨ ਦੇ ਨਾਲ ਮੁੱਖ ਮੰਤਰੀ ਦੀਆਂ ਵੀਡੀਓਜ਼ ਜਾਂ ਫਿਰ ਲਾਈਵ ਦੇ ਵਿੱਚ ਦੇਖਦੇ ਵੀ ਰਹੇ ਹੋਵੋਗੇ। ਆਓ ਪਹਿਲਾਂ ਝਲਕ ਮਾਰੋ ਇਹਨਾਂ ਵੀਡੀਓਜ਼ 'ਤੇ। ਜਾਦਾ ਤੇਰੀਆਂ ਨੂੰ ਨਾ ਕਹਿਣਾ ਨਾ ਘੁੰਮਾ ਜਾਤਾ ਰਾਜੰਦ ਭਾਰ ਆ ਗਿਆ ਮੁੰਡਾ ਬੈਠਕ ਅਮਰ ਬਚਰ ਹੋਇਆ ਡੇਂਜਰ ਤੇ ਜਾਨ ਲਵਾਚੋਂ ਰੱਖਦਾ ਦੁਰੇ ਪੁੱਟ ਦੇ ਬਣਾ ਕੇ ਹੈ ਮਡੇਰ ਕਰਦੇ ਡੱਬ ਵਿੱਚ ਪਰ ਕਹਿ ਗਲਾਉ ਰੱਖਦਾ ਮੁੰਡਾ ਬੈਠ ਕੇ ਅਮਰ ਵਿੱਚ ਰੋਇਆ ਤੇ ਤੇਰਾ ਠਾਰਾ ਗਿਆ ਆ ਲਿਖਿਆ ਵੀਰੇ ਇਤਨਾ ਇਤਨਾ ਨਕਸ਼ਾ ਹੀ ਆ ਕੇ ਜੋ ਵੀ ਹੈਗਾ ਇਤਨਾ ਨਕਸ਼ਾ ਚੇਨ ਤੇ ਰੋਸ ਤਾਈ ਵੰਡ ਦਿੱਤਾ ਅਕਲ ਦਿੱਤੀ ਹੈ ਗਲ ਸ਼ਤਾਨੀਆਂ ਨੂੰ ਬਹੁਤਾ ਧਨ ਦਿੱਤਾ ਹੈ ਅਮਰੀਕਾ ਨੂੰ ਪਿਆਰ ਦੇਸ਼ ਭਗਤੀ ਦਿੱਤੀ ਹੈ ਜਪਾਨੀਆਂ ਨੂੰ ਸਾਇੰਸ ਆਈ ਹੈ ਹਿੱਸੇ ਜਰਮਨ ਤੇ ਹੁਸਨ ਦਿੱਤਾ ਹੈ ਖਾਸ ਇਰਾਨੀਆਂ ਨੂੰ ਬਾਕੀ ਬਚੀ ਜੋ ਝੂਠ ਤੇ ਬੇਮਾਨੀ ਵੰਡ ਦਿੱਤੀ ਹੈ ਹਿੰਦੁਸਤਾਨੀਆਂ ਨੂੰ। ਦੋਸਤੋ, ਦੱਸ ਦਈਏ ਕਿ 2-3 ਸਾਲ ਪਹਿਲਾਂ ਜਦੋਂ ਮੁੱਖ ਮੰਤਰੀ ਦੀਆਂ ਕੁਝ ਅਜਿਹੇ ਗਾਣੇ ਵਾਲੀਆਂ ਵੀਡੀਓਜ਼ ਵਾਇਰਲ ਹੋਈਆਂ ਸੀ ਤਾਂ ਉਸ ਮੌਕੇ 62 ਵੈਸਟ ਸਟੂਡੀਓ ਵਾਲਿਆਂ ਨੇ ਉਸ ਨੂੰ ਬਾਉਂਡ ਕਰ ਲਿਆ ਸੀ ਅਤੇ ਆਪਣੇ ਕੋਲ ਰੱਖਣ ਦਾ ਅਤੇ ਇੱਕ ਵਧੀਆ ਫਿਊਚਰ ਦੇਣ ਦਾ ਵਾਅਦਾ ਕੀਤਾ ਸੀ। ਹਾਲਾਂਕਿ ਉਸ ਮੌਕੇ ਇੱਕ ਅਜਿਹੀ ਘਟਨਾ ਹੋਈ ਸੀ ਜਿਸ ਕਰਕੇ ਕਿ ਲੋਕ ਭਾਵਨਾਤਮਕ ਤੌਰ 'ਤੇ ਮੁੱਖ ਮੰਤਰੀ ਦੀ ਸਪੋਰਟ ਕਰਨ ਲੱਗੇ ਸਨ, ਕਿਉਂਕਿ ਉਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪਿੰਡ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਮੁੱਖ ਮੰਤਰੀ ਨੂੰ ਲਿਜਾ ਕੇ ਉਸਦੇ ਕਕਾਰ ਉਤਾਰ ਦਿੱਤੇ ਗਏ ਸਨ, ਜਿਸ ਤੋਂ ਬਾਅਦ ਲੋਕਾਂ ਨੇ ਕਾਫੀ ਜ਼ਿਆਦਾ ਵਿਰੋਧ ਵੀ ਕੀਤਾ ਸੀ ਅਤੇ ਮੁੱਖ ਮੰਤਰੀ ਦੀ ਸਪੋਰਟ ਵੀ ਕੀਤੀ ਸੀ। ਪਰ ਹੁਣ ਅਜਿਹੀ ਘਟਨਾ ਦਾ ਸਾਹਮਣੇ ਆਉਣਾ
कि एक कंपनी जिसने कि वादा किया मुख्यमंत्री हमेशा कोल रखन दा उसनू वधिया फ्यूचर देन दा उसने अजिहे किनारे ते आके मुख्यमंत्री फिर तो छड्ड दिता जिथे कि वह दिहाड़ियां करन दे लई मजबूर हो गया। इत्थे धमकवेस वाले मुख्यमंत्री ने मीडिया दे नाल गलबात करदे होए दस्सिया कि उसनू कंपनी ने अज तक कोई भी पैसा नहीं दिता। हाँ इन्ना जरूर है कि पंजाब ते पंजाब नाल लगदे कुछ इलाकियां दे विच उसनू घुमाया जरूर है ते अद्धा पचद्दा उसका घर भी बना दिता है जिस दी हाले तैयारी मुकम्मल नहीं हुई। अते उन्हां मुख्यमंत्री ने कहा कि जेकर कंपनी उसनू नाल नहीं रखना चाहती तो वह उसके बॉन्ड किते पेपर वापस कर दे कि वह किसी होर कंपनी तो अपने लिए काम मंग सके। तो दूजे पासे एक बड़े पद्धर से मंग उठन लगी है कि कंपनी धमकवेस जिसने गाने भी कढ़वाए 62 वैस्ट स्टूडियो वह मुख्यमंत्री दे नाल न्याय करे अते अपने वादे ते पूरा उतरदे होए वह जरूर धमकवेस वाले मुख्यमंत्री एक बार नाल रखे। हालांकि हाले तक कंपनी का कोई भी पक्ष सामने नहीं आया कि हाले तक वह धर्मप्रीत सिंह अपने कोल नहीं लैके गए। हो सकता है कि कंपनी मुख्यमंत्री वापस लैके जाए पर जो इंटरव्यू सामने आई है उसने जो खुलासे किए ने वो तुहाडे सामने रखे ने। बाकी दोस्तों तुसी इस मसले ते की सोचते हो जरूर अपनी राय कमेंट सैक्शन के शेयर करके जाना। तो इस दे नाल ही इस अपडेट में फिलहाल इन्ना ही, मिलेंगे जल्द होर ताज़ा खबर के नाल। तुसी उन्ने तक बने रहना लिमिटेड ज्ञान के नाल। आओ जाते जाते तुहाडे नाल मुख्यमंत्री दी कुछ होर वीडियो शेयर यार पिंड प्रमोशन करना है गाने दी केड़ा गाना आ रहा यार डॉक्टरी जादूगर भाजी जादूगर ही है कोकड़ा।